ਹਾਂਜੀ ਤੁਹਾਡਾ ਸਾਰਿਆਂ ਦਾ ਇਸ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਫਤੂਰੂ ਇੰਟਰਨੈਸ਼ਨਲ ਜਿਹੜੇ ਵੀ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹਨ। ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਨੋਟੀਫਿਕੇਸ਼ਨ ਜਿਹੜੀ ਹੈ ਸਿੱਧੀ ਤੁਹਾਡੇ ਤੱਕ ਪਹੁੰਚੇ। ਜਿੰਨਾ ਵੀਰਾਂ ਦੇ ਕਮੈਂਟ ਵੀ ਆਉਂਦੇ ਹਨ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਯੂਰੋ ਦਾ ਜਿਹੜਾ ਰੇਟ ਹੈ ਜੀ 91 ਰੁਪਏ 78 ਪੈਸੇ ਦੇ ਉੱਤੇ ਚੱਲ ਰਿਹਾ ਹੈ। ਰਿਟ ਵਧੀਆ ਚੱਲ ਰਿਹਾ ਹੈ। ਇੰਗਲੈਂਡ ਦਾ 1 ਪਾਉਂਡ 105 ਰੁਪਏ 68 ਪੈਸੇ। ਤੇ ਅਮਰੀਕਨ ਡਾਲਰ 83 ਇਸ ਤਰ੍ਹਾਂ ਕਿ ਜਦੋਂ ਕੋਈ ਵੀ ਬੰਦਾ ਹੌਲੀ-ਹੌਲੀ ਜਿਹੜੀ ਉਸਦੀ ਉਮਰ ਵੱਧਦੀ ਹੈ ਤੋ ਉਹ ਬੰਦਾ ਆਪਣੀ ਉਮਰ ਦੇ ਹਿਸਾਬ ਦੇ ਨਾਲ ਹੌਲੀ-ਹੌਲੀ ਬਜ਼ੁਰਗ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਸਾਇੰਸ ਇਹ ਕਹਿ ਰਿਹਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਬੰਦਾ ਜਿਹੜਾ ਸਾਰੇ ਦਾ ਸਾਰਾ ਜਿਹੜਾ ਬਾਡੀ ਹੈ ਜੀ ਉਸ ਦਾ ਬਜ਼ੁਰਗ ਹੁੰਦਾ ਹੈ ਕਈ ਵਾਰ ਕੀ ਹੁੰਦਾ ਹੈ ਕਿ ਬਾਡੀ ਦੇ ਵਿੱਚ ਬਹੁਤ ਸਾਰੇ ਜਿਹੜੇ ਅੰਗ ਹੁੰਦੇ ਹਨ ਉਹਨਾਂ ਬਹੁਤ ਸਾਰੇ ਅੰਗਾਂ ਦੇ ਵਿੱਚ ਜਿਦਾਂ ਕਿ ਦਿਲ, ਗੁਰਦੇ, ਫੇਫੜੇ, ਜਿਗਰ, ਦਿਮਾਗ, ਗੁਰਦੇ ਤੇ ਨਾਲ ਬਹੁਤ ਸਾਰੇ ਅੰਗਾਂ ਦੇ ਵਿੱਚੋਂ ਕੋਈ ਇੱਕ ਅੰਗ ਜਿਆਦਾ ਤੇਜ਼ੀ ਦੇ ਨਾਲ ਜਿਹੜਾ ਹੈ ਜੀ ਬਯੁਰਗ ਹੋਣਾ ਸ਼ੁਰੂ ਹੋ ਜਾਂਦਾ ਹੈ ਹੁਣ ਵਿਗਿਆਨੀਆਂ ਦੇ ਅੱਥੇ ਕਿਹੋ ਜੀ ਤਕਨੀਕ ਲੱਗੀ ਹੈ ਇੱਕ ਪਾਸੇ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਤੇ ਦੂਜੇ ਪਾਸੇ ਉਹਨਾਂ ਦੇ ਅੱਥੇ ਕਿਹੋ ਜੀ ਤਕਨੀਕ ਆ ਗਈ ਹੈ ਕਿ ਜਿਹਦੇ ਨਾਲ ਉਹ ਇਸ ਚੀਜ਼ ਦਾ ਪਤਾ ਲਗਾ ਸਕਦੇ ਨੇ ਕਿ ਕਿਹੜੇ ਬੰਦੇ ਦਾ ਕਿਹੜਾ ਅੰਗ ਜਲਦੀ ਜਲਦੀ ਦੇ ਨਾਲ ਜਿਹੜਾ ਹੈ ਜੀ ਬਯੁਰਗ ਵੱਲ ਜਾ ਰਿਹਾ ਹੈ ਵਿਗਿਆਨੀਆਂ ਨੇ ਇਹ ਵੀ ਦੱਸਿਆ ਕਿ ਇਹਦੇ ਵਿੱਚ ਕੁਝ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ ਇੱਕ ਜਿਹੜਾ ਨਾਰਮਲ ਬਲੱਡ ਟੈਸਟ ਹੁੰਦਾ ਹੈ ਉਹਦੇ ਨਾਲ ਹੀ ਉਹ ਜਿਹੜੇ ਹਨ ਜੀ ਇਹ ਚੀਜ਼ ਦਾ ਪਤਾ ਲਗਾ ਸਕਦੇ ਨੇ ਕਿਉਂਕਿ ਇਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਬਹੁਤ ਸਾਰੇ ਜਿਹੜੇ ਡਾਟਾ ਐਨਾਲਾਈਜ਼ ਕੀਤੇ ਜਾਂਦੇ ਨੇ ਜਿਹਦੇ ਵਿੱਚ ਜਿਹੜੀ ਪ੍ਰੋਟੀਨ ਹੁੰਦੀ ਹੈ ਪ੍ਰੋਟੀਨ ਦੇ ਜਿਹੜੇ ਲੱਗ-ਲੱਗ ਲੈਵਲ ਹੁੰਦੇ ਹਨ ਉਸ ਨੂੰ ਜਿਹੜਾ ਜੀ ਜਾਣਿਆ ਜਾਂਦਾ ਹੈ ਉਸ ਨੂੰ ਐਨਾਲਾਈਜ਼ ਕੀਤਾ ਜਾਂਦਾ ਹੈ ਤੇ ਜਿਹੜਾ ਅੰਗ ਬੰਦੇ ਦਾ ਜਾ ਕੇ 15 ਸਾਲਾਂ ਤੱਕ ਵੀ ਖਰਾਬ ਹੋਣਾ ਹੈ ਉਸ ਚੀਜ਼ ਦੇ ਬਾਰੇ ਵੀ ਜਿਹੜੀ ਉਹ ਵਿਗਿਆਨੀ ਕਹਿੰਦੇ ਨੇ ਕਿ ਜਾਣਕਾਰੀ ਅਸੀਂ ਪਹਿਲਾਂ ਹੀ ਕੱਢ ਸਕਦੇ ਹਾਂ ਬਾਕੀ ਕੁਝ ਦਿਨ ਪਹਿਲਾਂ ਜਿਹੜਾ ਜਹਾਜ਼ ਫਰਾਂਸ ਦੇ ਵਿੱਚ ਰੋਕਿਆ ਗਿਆ ਸੀ ਜਿਸ ਦੇ ਵਿੱਚ 310 ਜਿਹੜੇ ਇੰਡੀਅਨ ਲੋਕ ਸਵਾਰ ਸਨ ਉਹ ਜਹਾਜ਼ ਜਿਹੜਾ ਹੈ ਜੀ ਹੁਣ ਇੰਡੀਆ ਦੇ ਵਿੱਚ ਪਹੁੰਚ ਚੁੱਕਾ ਹੈ ਇਸ ਜਹਾਜ਼ ਨੂੰ ਮੁੰਬਈ ਦਾ ਜਿਹੜਾ ਸ਼ਤਰਪਤੀ ਸ਼ਿਵਾਜੀ ਮਹਾਰਾਜ ਇੰਟਰਨੈਸ਼ਨਲ ਹਵਾਈ ਅੱਡਾ ਹੈ ਉੱਥੇ ਜਿਹੜਾ ਇਸਨੇ ਲੈਂਡਿੰਗ ਕੀਤੀ ਹੈ ਇਸ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਗੁਜਰਾਤੀ ਮੂਲ ਦੇ ਹਨ ਪਰੰਤੂ ਕੁਝ ਲੋਕ ਜਿਹੜੇ ਇਸ ਦੇ ਵਿੱਚ ਪੰਜਾਬੀ ਵੀ ਹਨ ਇਹ ਜਿਹੜਾ ایرਵਾਸ 340 ਜਹਾਜ਼ ਸੀ ਇਹ ਯੂਨਾਈਟਿਡ ਅਰਬ ਈਮਿਰੇਟਸ ਤੋਂ ਚੱਲਿਆ ਸੀ ਤਿੰਨਕਾਰਾ ਗੁਆ ਦੇ ਵਾਸਤੇ ਇਸਨੇ ਜਿਹੜੀ ਫਲਾਈਟ ਉਡਾਨ ਭਰੀ ਸੀ ਤੇ ਰਸਤੇ ਵਿੱਚ ਇਸ ਨੂੰ ਜਿਹੜਾ ਸੀ ਪੈਟਰੋਲ ਵਗੈਰਾ ਭਰਉਣ ਦੇ ਵਾਸਤੇ ਫਰਾਂਸ ਰੋਕਿਆ ਗਿਆ ਸੀ ਉਸ ਟਾਈਮ ਜਿਹੜਾ ਫਰਾਂਸ ਨੂੰ ਸ਼ੱਕ ਹੋ ਗਿਆ ਤੇ ਉਹਨਾਂ ਨੇ ਜਹਾਜ਼ ਨੂੰ ਅੱਗੇ ਨਹੀਂ ਵਧਣ ਦਿੱਤਾ ਬਾਕੀ ਇਹ ਜਾਣਕਾਰੀ ਏਕਵੀ ਨਿਕਲ ਕੇ ਸਾਹਮਣੇ ਆਈ ਕਿ ਇਸ ਫਲਾਈਟ ਦੇ ਵਿੱਚ ਜ਼ਿਆਦਾਤਰ ਉਹੀ ਲੋਕ ਬੈਠੇ ਹੋਏ ਸਨ ਜਿਹੜੇ ਯੂਆਈ ਦੇ ਵਿੱਚ ਕੰਮ ਵਗੈਰਾ ਕਰ ਰਹੇ ਸਨ ਹੁਣ ਚਲਦੇ ਹਾਂ ਜੀ ਨੈਕਸਟ ਖ਼ਬਰ ਉੱਤੇ ਅਮਰੀਕਾ ਦੇ ਨਾਲ ਸਬੰਧਤ ਖ਼ਬਰ ਉੱਥੇ ਕਿ ਲੱਗ ਪੈਂਦਾ ਓਕਲਾਹੋਮਾ ਇੱਥੇ ਇੱਕ ਜੱਜ ਦੇ ਵੱਲੋਂ ਇੱਕ 48 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਵਿਅਕਤੀ ਨੂੰ ਜਿਹੜਾ ਬਰੀ ਕੀਤਾ ਗਿਆ ਹੈ ਹੁਣ ਇਸ ਟਾਈਮ ਜਿਹੜੀ ਇਸ ਸ਼ਖਸ ਦੀ ਉਮਰ ਹੈ ਜੀ 70 ਸਾਲ ਦੀ ਹੈ 48 ਸਾਲ ਇਸ ਨੂੰ ਜੇਲ੍ਹ ਦੇ ਵਿੱਚ ਹੋ ਚੁੱਕੇ ਹਨ ਹੁਣ 48 ਸਾਲਾਂ ਦੇ ਬਾਅਦ ਜਿਹੜਾ ਜੱਜ ਨੇ ਇਸ ਨੂੰ ਜਿਹੜਾ ਬੇਕਸੂਰ ਐਲਾਨਿਆ ਹੈ ਤੇ ਹੁਣ ਜਿਹੜਾ ਇਸ ਨੂੰ ਬਰੀ ਕੀਤਾ ਗਿਆ ਹੈ ਤੇ ਨਾਲੇ ਵਕੀਲ ਜੱਜ ਸਾਹਿਬ ਦੇ ਬਨੂ ਇਹ ਵੀ ਕਿਹਾ ਗਿਆ ਕਿ ਜਿਹੜਾ ਅਸੀਂ ਦੇਖਿਆ ਹੈ ਕਿ ਅਦਾਲਤ ਨੇ ਇਸ ਦੇਖਿਆ ਹੈ ਕਿ ਜਿਹੜਾ ਇਸ ਬੰਦੇ ਨੂੰ ਸਜ਼ਾ ਸੁਣਾਈ ਗਈ ਹੈ ਦੋਸ਼ੀ ਠਹਿਰਾਇਆ ਗਿਆ ਹੈ ਉਹ ਜਿਹੜਾ অপরাধ ਸੀ ਇਸ ਸ਼ਖਸ ਨੇ ਨਹੀਂ ਕੀਤਾ ਜਿਹੜੇ ਅਪਰਾਧ ਇਸ ਦੇ ਉੱਤੇ ਤੈਅ ਕੀਤੇ ਗਏ ਸਨ 174 ਦੇ ਵਿੱਚ ਉਕਲਾ ਹੋਮਾ ਸਿਟੀ ਦੇ ਕਸਵਾ ਪੈਂਦਾ ਹੈ ਜੀ ਉਥੇ ਇੱਕ ਸ਼ਰਾਬ ਦੀ ਦੁਕਾਨ ਵਿੱਚ ਡਕੈਤੀ ਹੋਈ ਸੀ ਤੇ ਉਸ ਜਗ੍ਹਾ ਦੇ ਉੱਤੇ ਹੀ ਕੈਰੋਲਿਨ ਸੂ ਰੋਜ਼ਰਸ ਤੇ ਜਿਹੜਾ ਕਤਲ ਹੋਇਆ ਸੀ ਉਹਦੇ ਮਾਮਲੇ ਦੇ ਵਿੱਚ ਇਸ ਵਿਅਕਤੀ ਨੂੰ 48 ਸਾਲ 1 ਮਹੀਨਾ ਤੇ 18 ਦਿਨ ਜਿਹੜੇ ਜੇਲ੍ਹ ਦੇ ਵਿੱਚ ਕੱਟਣੇ ਪਏ ਹੁਣ ਚੱਲਦੇ ਹਾਂ ਜੀ ਆਪਣੀ ਨੈਕਸਟ ਖੋਜ ਤੇ ਨੈਕਸਟ ਖੋਜ ਜਿਹੜੀ ਆਪਣੀ ਬੂਸਤੋਪਾਗਤ ਦੇ ਨਾਲ ਸਬੰਧਤ ਹੈ ਇਹਦੇ ਬਾਰੇ ਤੁਹਾਨੂੰ ਕੁਝ ਗੱਲਾਂ ਦੱਸਾਂਗੇ ਜਿੱਦਾਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਖੁੱਦ ਜਿਸ ਦੀ ਕੀ ਸਾਰਿਆਂ ਨੂੰ ਲੋੜ ਪੈਂਦੀ ਹੈ ਜੋ ਤੁਸੀਂ ਸਿੱਧੇ ਤਨਤਾ ਵਗੈਰਾ ਵੀ ਕਰਦੇ ਹੋ ਤੇ ਹੋਰ ਵੀ ਬਹੁਤ ਸਾਰੇ ਕੰਮਾਂ ਦੇ ਵਿੱਚ ਇਸ ਜਿਹੜੀ ਲੋਡ ਪੈਂਦੀ ਹੈ। ਪਰੰਤੂ ਜਿਹੜਾ ਖੁੱਦ ਹੁੰਦਾ ਹੈ ਇਹ ਤਕਰੀਬਨ ਜਨਵਰੀ ਦੇ ਮਹੀਨੇ ਵਿੱਚ ਨਹੀਂ ਮਿਲਦਾ। ਇਹ ਤਕਰੀਬਨ ਜਿਹੜਾ ਮਾਰਚ ਦੇ ਮਹੀਨੇ ਵਿੱਚ ਕੋਈ 5 7 10 15 20 ਮਾਰਚ ਤੱਕ ਜਿਹੜਾ ਲੋਕਾਂ ਨੂੰ ਇਸ ਨੂੰ ਡਿਲੀਵਰ ਕੀਤਾ ਜਾਂਦਾ ਹੈ। ਪਰੰਤੂ ਤੁਸੀਂ ਜਿਹੜਾ ਇਸ ਦਾ ਚੀਫਰਾ ਹੁੰਦਾ ਜੀ 2 ਮਹੀਨੇ ਪਹਿਲਾਂ ਹੀ ਪਤਾ ਕਰ ਸਕਦੇ ਹੋ ਕਿ ਤੁਹਾਡਾ ਜਿਹੜਾ ਖੁੱਦ ਕਿੰਨਾ ਬਣਿਆ ਹੈ। ਇਹ ਜ਼ਿਆਦਾਤਰ ਲੋਕਾਂ ਨੂੰ ਲੋਡ ਪੈਂਦੀ ਹੈ। ਕਈ ਵਾਰ ਲੋਕ ਕੋਈ ਨੋ ਕੀ ਕੰਮ ਕਰਾਉਣਾ ਪੈਂਦਾ ਜਿੱਦਾਂ ਕਿ ਤੈਸਰਸਨ ਤਾਰੀ ਜਿਨ੍ਹਾਂ ਨੇ ਪੈਸੇ ਦੇ ਕੇ ਬਣਾਉਣਾ ਹੁੰਦਾ ਹੈ। ਉਸ ਤੋਂ ਮਨ ਤੋਂ ਪੁੱਛਿਆ ਜਾਂਦਾ ਹੈ ਕਿ ਜਿਹੜਾ ਕੋਡ ਹੈ ਜੀ ਉਹ ਕਿੰਨਾ ਹੈ ਇਹਦੇ ਵਾਸਤੇ ਤੁਸੀਂ ਕਰਨਾ ਕੀ ਹੈ ਕਿ ਸਭ ਤੋਂ ਉਪਰ ਜਿਹੜਾ ਬੂਸਤ ਪਾਗਾ ਹੈ ਜੀ ਉਸ ਨੂੰ ਤੁਸੀਂ ਓਪਨ ਕਰਨਾ ਹੈ ਬਹੁਤ ਸਾਰੇ ਲੋਕਾਂ ਨੂੰ ਬੂਸਤ ਪਾਗੇ ਆਨਲਾਈਨ ਵੀ ਆਉਂਦੇ ਹਨ ਤੇ ਕਈਆਂ ਨੂੰ ਕਾਗਜ਼ ਦੇ ਰੂਪ ਵਾਲਾ ਵੀ ਜਿਹੜਾ ਬੂਸਤ ਪਾਗਾ ਪ੍ਰਾਪਤ ਹੁੰਦਾ ਹੈ ਤੁਸੀਂ ਬੂਸਤ ਪਾਗੇ ਦੇ ਵਿੱਚ ਜਿਹੜੇ ਤੁਹਾਨੂੰ ਅਸੀਂ ਦੱਸਾਂਗੇ ਹੁਣ ਅੱਖਰ ਤੁਸੀਂ ਉਹ ਲੱਭਣੇ ਹਨ ਇੱਕ ਕੌਲਮ ਉਸ ਦੇ ਵਿੱਚ ਹੁੰਦਾ ਹੈ ਇੰਪੋਨੀਬਲ ਪ੍ਰੋਸੀਸਿਵੋ ਇਹ ਤੁਸੀਂ ਜਿਹੜਾ ਜੀ ਇਹ ਕਾਲਮ ਜਿਹੜਾ ਹੈ ਤੁਸੀਂ ਦਸੰਬਰ ਦਾ ਜਿਹੜਾ ਬੋਸਤਾ ਪਾਗ ਹੈ ਤੁਹਾਡਾ ਲਾਸਟ ਆਉਂਦਾ ਹੈ ਤੁਸੀਂ ਉਹਦੇ ਵਿੱਚ ਜਾ ਕੇ ਚੈੱਕ ਕਰਨਾ ਹੈ ਕਿ ਇਹਦੇ ਵਿੱਚ ਕਿੰਨੀ ਰਕਮ ਲਿਖੀ ਹੋਈ ਹੈ ਤੇ ਦਸੰਬਰ ਦਾ ਬੋਸਤਾ ਸਾਰਿਆਂ ਨੂੰ ਪਤਾ ਹੈ ਕਿ ਜਾ ਕੇ 15 ਜਨਵਰੀ 10 ਜਨਵਰੀ ਜਾਂ 20 ਜਨਵਰੀ ਦੇ ਨੇੜੇ ਆਉਂਦਾ ਹੈ ਜੋ ਰਕਮ ਇਹਦੇ ਵਿੱਚ ਲਿਖੀ ਹੁੰਦੀ ਹੈ ਬਸ ਉਹੀ ਜਿਹੜਾ ਤੁਹਾਡਾ ਕੋਡ ਦਾ ਚੀਫ ਰਾਵੀ ਹੁੰਦਾ ਹੈ ਬਾਕੀ ਇਸ ਤੋਂ ਇਲਾਵਾ ਜੇ ਤੁਸੀਂ ਦੇਖਣਾ ਹੈ ਕਿ ਤੁਹਾਡਾ ਜਿਹੜਾ ਕੰਟਰੈਕਟ ਹੈ ਜਿੰਦੀ ਤਰਮੀਨਾ ਤੋਂ ਹੈ ਜਾਂ ਤਰਮੀਨਾ ਤੋਂ ਹੈ ਉਹ ਵੀ ਤੁਹਾਡੇ ਬੋਸਤੇ ਪਾਗ ਦੇ ਉੱਤੇ ਲਿਖਿਆ ਹੁੰਦਾ ਹੈ ਜੇ ਤੁਸੀਂ ਇਹ ਵੀ ਦੇਖਣਾ ਹੈ ਕਿ ਤੁਸੀਂ ਜਿਹੜੇ ਕਿਸ ਟਾਈਮ ਤੋਂ ਸਰਵਿਸ ਕਰ ਰਹੇ ਹੋ ਕੰਮ ਕਰ ਰਹੇ ਹੋ ਸਾਰੀ ਡਿਟੇਲ ਤੁਹਾਨੂੰ ਉੱਥੇ ਮਿਲਦੀ ਹੈ ਬੁਸਤੇ ਪਾਗੇ ਦੇ ਉੱਪਰ ਤੇ ਤੁਹਾਡਾ ਜਿਹੜਾ ਲੈਵਲ ਉਹ ਕੀ ਹੈ ਉਹ ਵੀ ਲਿਖਿਆ ਹੁੰਦਾ ਹੈ ਉਸ ਤੋਂ ਇਲਾਵਾ ਤੁਹਾਨੂੰ 1 ਘੰਟੇ ਦਾ ਜਿਹੜਾ ਕੀ ਰੇਟ ਦਿੱਤਾ ਜਾ ਰਿਹਾ ਹੈ ਤੁਸੀਂ ਉਸ ਨੂੰ ਵੀ ਵਿੱਚੋਂ ਲੱਭ ਸਕਦੇ ਹੋ ਫੇਰ ਇਹ ਤੁਹਾਡੇ ਕਿੰਨੇ ਹੁੰਦੇ ਹਨ ਫੇਰ ਇਹ ਤਰ੍ਹਾਂ ਜਿਹੜੀ ਰੋਲ ਕਿੰਨੀ ਬਣਦੀ ਹੈ ਕਿੰਨੇ ਘੰਟੇ ਦੀ ਏ ਰੀ ਆ ਚੀ ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਤੇ ਇਸ ਤੋਂ ਲੱਗ ਜਿਹੜੀ ਸਕਾਤੀ ਵਗੈਰਾ ਹੁੰਦੀ ਹੈ ਕਿ ਜਿਹੜੀ ਨੈਕਸਟ ਸੈਲਰੀ ਤੁਹਾਡੀ ਕਦੋਂ ਵਧੇਗੀ ਸਕਾਤੀ ਜਿਹੜੀ ਹੁੰਦੀ ਹੈ ਪ੍ਰੋਕਸੀਮੋ ਸਕਾਤੀ ਤੁਸੀਂ ਉਹ ਕਾਲਮ ਚੈੱਕ ਕਰਨਾ ਹੈ ਉਹਦੇ ਵਿੱਚ ਹੀ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੀ ਨੈਕਸਟ ਤੁਹਾਡਾ ਜਿਹੜਾ ਸਕਾਤੀ ਲੱਗਣੀ ਹੈ ਮਤਲਬ ਕਿ ਤੁਹਾਡੀ ਜਿਹੜੀ ਤਨਖਾਹ ਵਧਣੀ ਹੈ ਉਹ ਕਦੋਂ ਵਧਣੀ ਹੈ ਇਹਦੇ ਵਿੱਚ ਲਿਖਿਆ ਹੁੰਦਾ ਹੈ ਕਿ ਤੁਸੀਂ ਜਿਹੜਾ ਹੈ ਜੀ ਕਿੰਨੇ ਘੰਟੇ ਕੰਮ ਕੀਤਾ ਆਪਣੇ ਘੰਟੇ ਵੀ ਤੁਸੀਂ ਆਪਣੇ ਹੂਸਤ ਪਾਗ ਦੇ ਵਿੱਚ ਚੈੱਕ ਕਰ ਸਕਦੇ ਹੋ ਕਿ ਜਿੰਨੇ ਘੰਟੇ ਤੁਸੀਂ ਕੰਮ ਕੀਤਾ ਕੀ ਉਸ ਦੇ ਵਿੱਚ ਸਾਰੇ ਜਿਹੜੇ ਲਿਖੇਗੇ ਘੰਟੇ ਬਿਲਕੁਲ ਸਹੀ ਹਨ ਕਿਤੇ ਘਟ-ਵੱਟ ਤਾਂ ਨਹੀਂ ਹੋ ਗਈ ਤੇ ਫਿਰ ਤੁਸੀਂ ਜਿਹੜਾ ਲੋਰਦੋ ਵੀ ਚੈੱਕ ਕਰਨਾ ਕਿ ਲੋਰਦੋ ਤੁਹਾਡਾ ਕਿੰਨਾ ਬਣਿਆ ਹੈ ਜਿਹੜਾ ਨੈਤੋ ਹੈ ਜੀ ਉਹ ਵੀ ਦੇਖ ਸਕਦੇ ਹੋ ਉਸ ਤੋਂ ਇਲਾਵਾ ਜਿੰਨਾ ਟੈਕਸ ਤੁਹਾਡਾ ਕੱਢਿਆ ਗਿਆ ਹੈ ਦੋਨੋਂ ਦੇ ਵਿੱਚ ਜੋ ਡਿਫਰੈਂਸ ਹੁੰਦਾ ਹੈ ਉਹ ਤਕਰੀਬਨ ਜਿਹੜਾ ਟੈਕਸ ਹੀ ਰੂਪ ਦੇ ਵਿੱਚ ਜਾਂਦਾ ਹੈ ਬਾਕੀ ਨਤਾਲਿਆਂ ਦੇ ਉੱਪਰ ਇਟਲੀ ਦੇ ਵਿੱਚ ਤੇ ਬਹੁਤ ਇਲਾਕਿਆਂ ਦੇ ਵਿੱਚ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਕੋਈ ਬਰਫਬਾਰੀ ਜਿਹੜੀ ਨਹੀਂ ਹੋਈ ਲੋਕ ਇਸ ਉਮੀਦ ਦੇ ਵਿੱਚ ਸਨ ਕਿ ਜਿਹੜਾ ਮੌਸਮ ਇਹੋ ਜਿਹਾ ਬਣੇਗਾ ਕੀ ਲੱਗੇਗਾ ਕਿ ਨਤਾਲੇ ਵਕਿਆ ਦਾ ਜਿੱਦਾਂ ਕੀ ਮੌਸਮ ਉੱਥੇ ਹੋਣਾ ਚਾਹੀਦਾ ਹੈ ਠੰਡ ਵਾਲਾ ਮੌਸਮ ਬਰਫਬਾਰੀ ਪਰੰਤੂ ਅਜਿਹਾ ਨਹੀਂ ਹੋਇਆ ਕੋਈ ਵਿਰਲੇ-ਵਿਰਲੇ ਇਲਾਕੇ ਦੇ ਵਿੱਚ ਅਗਰ ਥੋੜਾ-ਬਹੁਤ ਮੌਸਮ ਬਣਿਆ ਤਾਂ ਵੱਖਰੀ ਗੱਲ ਹੈ ਪਰੰਤੂ ਇਹਦੇ ਉਲਟ ਇੰਡੀਆ ਦੇ ਵਿੱਚ ਤਕਰੀਬਨ ਸ਼ਿਮਲਾ ਤੁਸੀਂ ਨਾਮ ਸੁਣਿਆ ਹੋਵੇਗਾ ਸ਼ਿਮਲਾ ਦੇ ਵਿੱਚ ਦੱਸਿਆ ਗਿਆ ਕਿ ਤਕਰੀਬਨ 72 ਘੰਟਿਆਂ ਦੇ ਵਿੱਚ ਹੀ 55-56 ਹਜ਼ਾਰ ਗੱਡੀਆਂ ਜਿਹੜੀਆਂ ਸ਼ਿਮਲਾ ਦੇ ਵਿੱਚ ਐਂਟਰ ਹੋਈਆਂ ਹਨ ਲੋਕ ਜਿਹੜੇ ਐਜ਼ ਅ ਟੂਰਿਸਟ ਉੱਥੇ ਪਹੁੰਚੇ ਹਨ ਇਹਦੇ ਪਿੱਛੇ ਜਿਹੜਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਉੱਥੇ ਜਿਹੜੀ ਭੇਖਵਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਉਹਨਾਂ ਨੇ ਕਿਹਾ ਹੈ ਕਿ 30 ਤੇ 31 ਦਸੰਬਰ ਨੂੰ ਜਿਹੜਾ ਮੀਂਹ ਤੇ ਬਰਫਬਾਰੀ ਦੋਨਾਂ ਚੀਜ਼ਾਂ ਦੀ ਜਿਹੜੀ ਸੰਭਾਵਨਾ ਜਾਂ ਵਿਖੋਆਣੀ ਕੀਤੀ ਗਈ ਹੈ ਤੇ ਬਹੁਤੇ ਲੋਕਾਂ ਨੇ ਜਿਹੜੀਆਂ ਗੰਮਰ ਕੱਸ ਕੇ ਉਧਰ ਨੂੰ ਤਿਆਰੀਆਂ ਕੀਤੀਆਂ ਇਸੇ ਕਰਕੇ ਕੀਤੀਆਂ ਕਿਉਂਕਿ ਉਹ ਬਰਫ ਵਗੈਰਾ ਦੇਖਣੀ ਚਾਹੁੰਦੇ ਹਨ ਤੇ ਇਸ ਟਾਈਮ ਉਹਨਾਂ ਇਲਾਕਿਆਂ ਦੇ ਵਿੱਚ ਟੈਂਪਰੇਚਰ ਜਿਹੜਾ -12 ਦੇ ਆਸ-ਪਾਸ ਜਿਹੜਾ ਚੱਲ ਰਿਹਾ ਹੈ। ਬਾਕੀ ਫਿਲਹਾਲ ਆਪਾਂ ਇੰਡੀਆ ਦੀ ਗੱਲ ਕਰ ਲਈਏ ਜੇ ਤੁਸੀਂ ਇਟਲੀ ਦੀ ਸਿਟੀਜ਼ਨਸ਼ਿਪ ਲੈਂਦੇ ਹੋ ਤੇ ਜਿਹੜੀ ਇੰਡੀਅਨ ਸਿਟੀਜ਼ਨਸ਼ਿਪ ਹੈ ਜੂ ਕੈਨਸਲ ਕਰਾਉਣੀ ਪੈਂਦੀ ਹੈ ਕਿਉਂਕਿ ਇੰਡੀਆ ਦੇ ਵਿੱਚ ਇਹ ਪ੍ਰਾਵਧਾਨ ਨਹੀਂ ਹੈ ਕੀ ਡੁਅਲ ਸਿਟੀਜ਼ਨਸ਼ਿਪ ਜਿਹੜੀ ਤੁਸੀਂ ਰੱਖ ਸਕਦੇ ਹੋ ਫਿਰੰਤੂ ਹੁਣ ਇੱਕ ਜਿਹੜੀ ਨਵੀਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਤੇ ਵੀ ਦੱਸਿਆ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਹੋ ਸਕਦਾ ਹੈ ਇੰਡੀਆ ਦੇ ਵੱਲੋਂ ਜਿਹੜਾ ਇਹ ਫੈਸਲਾ ਲਿਆ ਜਾ ਸਕਦਾ ਹੈ ਬਾਕੀ ਇਸ ਤੋਂ ਇਲਾਵਾ ਜਿਹੜਾ OCII ਕਾਰਡ ਹੈ ਜਿਹਦੇ ਉੱਤੇ ਵੀ ਮਲਟੀਪਲ ਐਂਟਰੀ ਹੁੰਦੀ ਹੈ ਲੌਂਗ ਲਾਈਫ ਵੀਜ਼ਾ ਹੁੰਦਾ ਹੈ ਤੁਸੀਂ ਜਿੰਨੀ ਵਾਰੀ ਮਰਜ਼ੀ ਇੰਡੀਆ ਚਲੇ ਜਾਓ ਜਿੰਨਾ ਲੰਬਾ ਸਮਾਂ ਤੁਸੀਂ ਰਹਿ ਸਕਦੇ ਹੋ ਉੱਥੇ ਰਹਿ ਸਕਦੇ ਹੋ ਇਹਦੇ ਵਿੱਚ ਕੋਈ ਵੀ ਜਿਹੜਾ ਹੈ ਜੀ ਦਿੱਕਤ ਨਹੀਂ ਹੁੰਦੀ ਬਾਕੀ ਇਸ ਤੋਂ ਇਲਾਵਾ ਤੁਸੀਂ ਬਿਜ਼ਨਸ ਐਂਡ ਇਨਵੈਸਟਮੈਂਟ ਰਾਈਟਸ ਜਿਹੜੇ ਤੁਹਾਡੇ ਉਹ ਵੀ ਬਰਕਰਾਰ ਰਹਿੰਦੇ ਹਨ ਸਿਟੀਜ਼ਨਸ਼ਿਪ ਤੇ VOTING ਆਪਣਾ OCI ਕਾਰਡ ਜਿਹੜਾ ਹੈ ਜੀ ਇਹਦੇ ਵਿੱਚ ਸਿਰਫ ਦੋ ਚੀਜ਼ਾਂ ਦਾ ਤਕਰੀਬਨ ਫਰਕ ਪੈਂਦਾ ਹੈ ਇੱਕ ਤਾਂ ਤੁਸੀਂ ਜਿਹੜਾ OCI ਕਾਰਡ ਦੇਤੇ ਇੰਡੀਆ ਦੇ ਵਿੱਚ ਜਿਹੜੀ ਵੋਟ ਹੈ ਜੋ ਨਹੀਂ ਕਰ ਸਕਦੇ ਤੇ ਦੂਜਾ ਉਹ ਕਿਹੜਾ ਕੰਮ ਜਿਹੜਾ ਤੁਸੀਂ ਉੱਥੇ ਨਹੀਂ ਕਰ ਸਕਦੇ ਜਿਨ੍ਹਾਂ ਦੇ ਕੋਲ OCI ਕਾਰਡ ਹੁੰਦੇ ਜਿੱਦਾਂ ਕਿ ਕੋਈ ਪੋਲੀਟੀਕਲ ਸਰਗਰਮੀਆਂ ਤੁਸੀਂ ਇਹਨਾਂ ਦੇ ਵਿੱਚ ਜਿਹੜਾ ਜੀ ਹਿੱਸਾ ਨਹੀਂ ਲੈ ਸਕਦੇ ਹੋਰ ਕੋਈ ਜ਼ਿਆਦਾ ਅੰਤਰ ਨਹੀਂ ਹੈ ਬਾਕੀ ਜੇਕਰ ਸਰਕਾਰ ਜੀ ਡੁਅਲ ਸਿਟੀਜ਼ਨਸ਼ਿਪ ਕਰ ਦਿੰਦੀ ਹੈ। ਤੁਹੋਂ ਦੇ ਨਾਲ ਲੋਕਾਂ ਨੂੰ ਜਿਨ੍ਹਾਂ ਨੇ ਇਟਾਲੀਅਨ ਸਿਟੀਜ਼ਨਸ਼ਿਪ ਲੈ ਲਈ ਹੈ ਜਾਂ ਲੈਣੀ ਹੈ ਉਹਨਾਂ ਨੂੰ ਵੀ ਫਾਇਦਾ ਹੋ ਜਾਏਗਾ ਕਿ ਪਾਸਪੋਰਟ ਸਰੈਂਡਰ ਕਰਨ ਦੇ ਝੰਜਟ ਤੋਂ ਬਚਣਗੇ। ওসিਆਈ ਕਾਰਡ ਬਣਾਉਣ ਦਾ ਜਿਹੜਾ ਝੰਜਟ ਹੈ ਜੀ ਉਸ ਤੋਂ ਬਚਣਗੇ। ਬਸ ਇਹੀ ਫਾਇਦਾ ਹੈ। ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ। ਵੀਡੀਓ ਦੇਖੀ ਧੰਨਵਾਦ।